ਘੱਟ ਬੋਲਦੇ ਸੀ ਕਿ ਤੂੰ ਇੰਸਟਾਗ੍ਰਾਮ ਤੋਂ ਦੇਖਿਆ ਜੀ ਉਹ ਤੋਂ ਤੁਹਾਨੂੰ ਪਤਾ ਲੱਗਿਆ ਫਿਰ ਅਸੀਂ ਇੱਥੇ ਆਉਣ ਲੱਗ ਗਏ ਹੁਣ ਕਿਹਨੂੰ ਫਰਕ ਹੈ ਸਾਡਾ ਪੰਜਵਾਂ ਹੁਣ ਦਰਖਤ ਨਾਲ ਹਜ਼ਾਰਾਂ ਦੀ ਗਿਣਤੀ 'ਚ ਬੰਨੇ ਹੋਏ ਨਕਲੀ ਖਿਡੌਣੇ ਵਾਲੇ ਤੋਤੇ ਨਾ ਤਾਂ ਕਿਸੇ ਸਜਾਵਟ ਲਈ ਨੇ ਤੇ ਨਾ ਹੀ ਇੱਥੇ ਕੋਈ ਖਿਡੌਣਿਆਂ ਵਾਲਾ ਹੈ। ਇਹ ਉਹਨਾਂ ਲੋਕਾਂ ਵੱਲੋਂ ਬੰਨੇ ਗਏ ਨੇ ਜੋ ਇੱਥੋਂ ਠੀਕ ਹੋਏ ਨੇ। ਜੀ ਹਾਂ, ਤੁਸੀਂ ਬਿਲਕੁਲ ਠੀਕ ਸੁਣਿਆ। ਇਹ 100 ਸਾਲ ਪੁਰਾਣਾ ਦਰਖਤ ਹੈ ਜਿਸਦੇ ਹੇਠਾਂ ਇੱਕ ਕੁੰਡ ਬਣਿਆ ਹੋਇਆ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਇਸ ਕੁੰਡ ਤੋਂ ਜੇਕਰ ਕੋਈ ਗੂੰਗਾ 21 ਦਿਨ ਪਾਣੀ ਪੀ ਲਵੇ ਤਾਂ ਉਹ ਵੀ ਤੋਤੇ ਵਾਂਗ ਬੋਲਣ ਲੱਗ ਜਾਂਦਾ ਹੈ। ਦਰਖਤ ਦੇ ਨਾਲ ਇਹ ਜੋ ਤੋਤੇ ਬੰਨੇ ਗਏ ਨੇ ਇੱਥੋਂ ਆ ਕੇ ਠੀਕ ਹੋਣ ਵਾਲੇ ਲੋਕਾਂ ਦੇ ਵੱਲੋਂ ਹੀ ਬੰਨੇ ਗਏ ਨੇ। ਲੋਕਾਂ ਦਾ ਕਹਿਣਾ ਹੈ ਕਿ ਵਾਕਈ ਹੀ ਇੱਥੇ ਜਿਹੜਾ ਵੀ ਕੋਈ ਗੂੰਗਾ ਆਉਂਦਾ ਹੈ ਤੇ 21 ਦਿਨ ਪਾਣੀ ਪੀ ਲੈਂਦਾ ਹੈ ਤਾਂ ਉਹ ਤੋਤੇ ਵਾਂਗ ਬੋਲਣਾ ਸ਼ੁਰੂ ਕਰ ਦਿੰਦਾ ਹੈ। ਇਹ ਦਰਖਤ ਮਾਨਸਾ ਦੇ ਵਿੱਚ ਹੈ ਜਿੱਥੇ ਲੋਕ ਦੂਰ ਦੁਰਾਡੇ ਪਹੁੰਚਦੇ ਨੇ ਤੇ ਕਈ ਇੱਥੋਂ ਠੀਕ ਵੀ ਹੋ ਚੁੱਕੇ ਨੇ। ਇਸ 100 ਸਾਲ ਪੁਰਾਣੇ ਦਰਖਤ ਦੇ ਹੇਠਾਂ ਇੱਕ ਪਾਣੀ ਦਾ ਕੁੰਡ ਰੱਖਿਆ ਗਿਆ ਹੈ ਜਿਸ ਦੇ ਵਿੱਚ ਉਹ 21 ਮੰਗਲਵਾਰ ਆ ਕੇ ਪਾਣੀ ਪੀਣ ਦੇ ਨਾਲ ਗੂੰਗੇ ਲੋਕ ਵੀ ਤੋਤੇ ਦੀ ਤਰ੍ਹਾਂ ਬੋਲਣ ਲੱਗ ਜਾਂਦੇ ਨੇ। ਫਿਰ ਜਿਹੜੇ ਲੋਕ ਇੱਥੇ ਠੀਕ ਹੋ ਕੇ ਜਾਂਦੇ ਨੇ ਤਾਂ ਉਹ ਮੁੜ ਵਾਪਸ ਆਉਂਦੇ ਨੇ ਅਤੇ ਠੀਕ ਹੋਣ ਤੋਂ ਬਾਅਦ ਇਸ ਦਰਖਤ ਦੇ ਨਾਲ ਇੱਕ ਤੋਤਾ ਬਣ ਜਾਂਦੇ ਨੇ। ਲੋਕਾਂ ਦੀ ਇੱਥੇ ਕਿੰਨੀ ਕੁ ਆਸਥਾ ਹੈ ਤੇ ਕਿੰਨਾ ਵਿਸ਼ਵਾਸ ਹੈ ਉਹ ਤੁਸੀਂ ਉਹਨਾਂ ਦੇ ਮੂੰਹੋਂ ਆਪ ਹੀ ਸੁਣ ਲਓ। ਘੱਟ ਬੋਲਦੇ ਸੀ ਕਿ ਤੂੰ ਇੰਸਟਾਗ੍ਰਾਮ ਤੋਂ ਦੇਖਿਆ ਜੀ ਉੱਥੇ ਸਾਨੂੰ ਪਤਾ ਲੱਗਿਆ ਫਿਰ ਅਸੀਂ ਇੱਥੇ ਆਉਣ ਲੱਗ ਗਏ ਜੀ ਹੁਣ ਅੱਗੇ ਨਾਲ ਫਰਕ ਹੈ ਸਾਡਾ ਪੰਜਵਾਂ ਮੰਗਲਵਾਰ ਹੈ ਜੀ। ਪੰਜਵਾਂ ਕਿੰਨੇ ਮੰਗਲਵਾਰ ਦਾ ਦੱਸਦੇ ਹੁਣ ਉਹ ਤਾਂ ਆਪਦੀ ਨੇਚਾ ਜੀ ਘੁੰਮਾ 3 ਕਰ ਲਓ ਜੀ ਘੁੰਮਾ 5 ਜੀ ਘੁੰਮਾ 7 ਜੀ। ਅੱਛਾ ਇਹੀ ਬੱਚਾ ਹੈ? ਆਹੀ ਬੱਚਾ ਜੀ। ਕਿੰਨਾ ਕੁ ਸੁਧਾਰ ਲੱਗਦਾ? ਪੂਰਾ ਲੱਗਦਾ ਜੀ। ਅੱਛਾ ਜਿਹੜੇ ਲੋਕ ਕਹਿੰਦੇ ਨੇ ਵੀ ਕੁਛ ਚੀਜ਼ਾਂ ਹੁੰਦੀਆਂ ਨਹੀਂ ਮਤਲਬ ਤੁਸੀਂ ਤਾਂ ਵਿਸ਼ਵਾਸ ਕੀਤਾ ਹੁਣ ਆਏ ਹੋ ਹਨਾ, ਕਿਵੇਂ ਲੱਗਦਾ ਵੀ ਹੈਗਾ? ਆਹੀ ਰੱਬ ਆ ਜੀ। ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਅਸੀਂ ਆਲੀਕੇ ਤੋਂ ਆਏ ਜੀ। ਅੱਛਾ ਤੁਸੀਂ ਸਰਦੂਲਗੜ੍ਹ ਡਿਸਟ੍ਰਿਕਟ ਮਾਨਸਾ? ਅੱਛਾ ਜੀ, ਹੋਰ ਵੀ ਲੋਕ ਨੇ ਜਿਹੜੇ ਮਤਲਬ ਪੀੜਤ ਨੇ ਜਿਨ੍ਹਾਂ ਦੇ ਬੱਚੇ ਬੋਲਦੇ ਨਹੀਂ ਤੁਤਲਾ ਬੋਲਦੇ ਆ, ਉਹਨਾਂ ਨੂੰ ਕੀ ਕਹੋਗੇ? ਅਸੀਂ ਤਾਂ ਇਹੀ ਕਹਿੰਦੇ ਇੱਕ ਵਾਰੀ ਜਿਹੜਾ ਜ਼ਰੂਰ ਆ ਕੇ ਦੇਖਣਗੇ ਇੱਥੇ ਕੀ ਕੁਛ ਕਰਨਾ ਪੈਂਦਾ ਦੱਸਿਆ ਕੀ ਆ ਵੀ ਕੀ ਕਰ ਬਸ ਇੱਥੇ ਕਹਿੰਦੇ ਜੀ ਉਹ ਕੋਲ ਆ ਜੀ ਜੋ ਪਾਣੀ ਪਿਉਣਾ ਜੀ ਬੱਚੇ ਨੂੰ ਜੀ ਤੇ ਆਹ ਤੋਤਾ ਤੋਤਾ ਜੀ ਕਦੋਂ ਆਪਦੀ ਸੁੱਖ ਪੂਰੀ ਕਰਕੇ ਜੀ ਕਹਿੰਦਾ ਮਤਲਬ ਬੱਚਾ ਤੋਤੇ ਵਾਂਗੂ ਬੋਲੇ ਜੀ। ਅੱਛਾ ਹੁਣ ਤੁਸੀਂ ਤੋਤਾ ਟੰਗਿਆ ਇੱਥੇ? ਅਸੀਂ ਚੜਾਤੇ ਜੀ। ਅੱਛਾ ਹੋ ਗਈ ਸੁੱਖ ਪੂਰੀ ਜਿਹੜੀ? ਸਾਡੀ ਸੁੱਖ ਪੂਰੀ ਹੋ ਗਈ ਜੀ। ਵਧੀਆ ਬੋਲਦਾ ਬੱਚਾ? ਹਾਂਜੀ, ਅੱਗੇ ਤਾਂ ਜੀ ਬਹੁਤ ਉਹ ਸੀ ਜੀ, ਹੁਣ ਬਹੁਤ ਵਧੀਆ ਬੋਲਣ ਲੱਗ ਗਿਆ ਜੀ। ਇਹ ਸ਼ੁਰੂ ਤੋਂ ਆਇਆ ਸੀਗਾ? ਨਹੀਂ ਜੀ, ਉਹ ਸਾਨੂੰ ਕਿ ਮੈਂ ਇਹਦੀ ਏਜ 4.5 ਸਾਲਾਂ ਦੀ ਹੋਰੀ ਸੀ ਜੀ, ਕਹਿੰਦੇ ਘੱਟ ਬੋਲਦਾ ਜੀ, ਉਵੇਂ ਮੈਂ ਸਾਨੂੰ ਜਿਵੇਂ ਪਤਾ ਲੱਗੀ ਗਿਆ ਜੀ। ਅਸੀਂ ਦਵਾਈ ਵੀ ਦਵਾਈ ਸੀ ਜੀ, ਨਾਲ ਦਵਾਈ ਵੀ ਸਟਾਰਟ ਸੀ ਜੀ, ਫਿਰ ਅਸੀਂ ਆਏ ਚੱਲ ਇੱਕ ਵਾਰੀ ਇੱਥੇ ਬਾਬੇ ਦੇ ਡੇਰੇ 'ਤੇ ਆ ਕੇ ਦੇਖ ਲਈਏ ਜੀ। ਅੱਛਾ, ਕਿੰਨਾ ਕੁ ਫਰਕ ਹੈ? ਕੀ ਸੁਣਿਆ ਹੈਗਾ ਇਹਦੇ ਬਾਰੇ, ਕੀ ਵਿਸ਼ਵਾਸ ਹੈ? ਵਿਸ਼ਵਾਸ ਹੈਗਾ ਜੀ, ਦੁਨੀਆ ਆਉਂਦੀ ਹੈ ਜੀ, ਅਸੀਂ ਵੀ ਆਏ ਹਾਂ, ਬੱਚਿਆਂ 40% ਫਰਕ ਪੈ ਗਿਆ। 40% ਫਰਕ ਪੈ ਗਿਆ, ਲਿਖਣ ਲੱਗ ਗਿਆ, ਪੜ੍ਹਨ ਲੱਗ ਗਿਆ, ਬੋਲਣ ਲੱਗ ਗਿਆ। ਕਿੰਨੇ ਵਾਰ ਦੱਸਿਆ ਵੀ ਕਿੰਨੇ ਵਾਰ ਪਾਣੀ ਪਿਆਉਣਾ ਇੱਥੇ? 21 ਦਿਨ ਪਿਆਉਣਾ ਜੀ। 21 ਦਿਨ?